ਮੇਰੇ ਪਿਆਰਿਓ, ਯੇਸੂ ਮਸੀਹ ਦੇ ਨਾਮ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਇਹ ਜਗ੍ਹਾ ਜੋ ਤੁਸੀਂ ਵੇਖ ਰਹੇ ਹੋ, ਯਰੂਸ਼ਲਮ ਦੀ ਇੱਕ ਖਾਸ ਜਗ੍ਹਾ ਵਜੋਂ ਜਾਣੀ ਜਾਂਦੀ ਹੈ ਤੇ ਵੇਖਣ ਵਿੱਚ ਇਹ ਇੱਕ ਗੁਫਾ ਵਰਗੀ ਲੱਗਦੀ ਹੈ ਤੇ ਇਸ ਦਾ ਨਾਮ ਹੈ ਸਿਦਕੀਆ ਦੀ ਗੁਫਾ ਤੇ ਇਹ ਯਰੂਸ਼ਲਮ ਵਿੱਚ ਸਥਿਤ ਹੈ ਤੇ ਇਸ ਜਗ੍ਹਾ ਨੂੰ ਇੱਕ ਖਾਸ ਜਗ੍ਹਾ ਮੰਨਿਆ ਜਾਂਦਾ ਹੈ। ਬਾਬਲ ਦੇ ਰਾਜੇ ਨੇ ਜਦੋਂ ਯਰੂਸ਼ਲਮ ਉੱਤੇ ਹਮਲਾ ਕੀਤਾ ਤਾਂ ਇਸੇ ਦੇ ਰਾਹੀਂ ਸਿਦਕੀਆ ਰਾਜਾ ਇੱਥੋਂ ਭੱਜਿਆ ਸੀ ਤੇ ਇਸ ਲਈ ਇਹ ਜੋ ਗੁਫਾ ਹੈ ਇਸ ਨੂੰ ਸਿਦਕੀਆ ਦੀ ਗੁਫਾ ਕਹਿੰਦੇ ਹਨ ਤੇ ਇਸ ਤੋਂ ਇਲਾਵਾ ਇਸ ਨੂੰ ਸੁਲੇਮਾਨ ਦੀ ਪੱਥਰਾਂ ਦੀ ਖਾਣ ਵੀ ਕਿਹਾ ਜਾਂਦਾ ਹੈ। ਜਿਵੇਂ ਸਾਡੇ ਦੇਸ਼ ਵਿੱਚ ਪੱਥਰਾਂ ਦੀਆਂ ਖਾਣਾਂ ਹਨ, ਉਸੇ ਤਰ੍ਹਾਂ ਦੀ ਇਹ ਖਾਣ ਹੈ। ਹੁਣ ਤੁਸੀਂ ਪੁੱਛੋਗੇ ਕਿ ਇਸ ਵਿੱਚ ਇੰਨੀ ਖਾਸ ਗੱਲ ਕੀ ਹੈ, ਇਹ ਤਾਂ ਇੱਕ ਗੁਫਾ ਹੀ ਹੈ, ਤਾਂ ਬਾਹਰੋਂ ਇਹ ਤੁਹਾਨੂੰ ਇੱਕ ਗੁਫਾ ਵਰਗੀ ਲੱਗਦੀ ਹੈ, ਪਰ ਜੇਕਰ ਤੁਸੀਂ ਇਸ ਦੇ ਅੰਦਰ ਜਾਓਗੇ ਤਾਂ ਤੁਸੀਂ ਵੇਖੋਗੇ ਕਿ ਇਸ ਦੇ ਅੰਦਰ ਬਹੁਤ ਵੱਡੀ ਤੇ ਖੁੱਲ੍ਹੀ ਜਗ੍ਹਾ ਹੈ ਤੇ ਇੱਕ ਪੂਰਾ ਪਿੰਡ ਇਸ ਵਿੱਚ ਆ ਸਕਦਾ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਦੇ ਅੰਦਰ ਰਹਿ ਸਕਦੇ ਹਨ, ਕਿਉਂਕਿ ਇਸ ਦੇ ਅੰਦਰੋਂ ਬਹੁਤ ਵੱਡੇ ਵੱਡੇ ਪੱਥਰਾਂ ਨੂੰ ਕੱਢਿਆ ਗਿਆ ਤੇ ਇਸ ਕਰਕੇ ਇਸ ਦੇ ਅੰਦਰ ਬਹੁਤ ਖੁੱਲ੍ਹੀ ਜਗ੍ਹਾ ਹੈ। ਜਿਸ ਸਮੇਂ ਸੁਲੇਮਾਨ ਪਰਮੇਸ਼ਰ ਦਾ ਭਵਨ ਬਣਾ ਰਿਹਾ ਸੀ ਤਾਂ ਤੁਸੀਂ ਜਾਣਦੇ ਹੋਵੋਗੇ ਕਿ ਉਸ ਭਵਨ ਨੂੰ ਬਹੁਤ ਵੱਡੇ ਵੱਡੇ ਪੱਥਰਾਂ ਦੇ ਨਾਲ ਬਣਾਇਆ ਗਿਆ ਸੀ। ਇਸ ਲਈ ਤੁਸੀਂ ਇੱਥੇ ਵੇਖ ਸਕਦੇ ਹੋ ਕਿ ਉਸਨੇ ਉਹ ਸਾਰੇ ਪੱਥਰ ਇਸੇ ਗੁਫਾ ਵਿੱਚੋਂ ਖੋਦ ਕੇ ਲੈ ਕੇ ਗਿਆ ਸੀ ਤੇ ਉਹਨਾਂ ਪੱਥਰਾਂ ਨਾਲ ਯਰੂਸ਼ਲਮ ਦੇ ਭਵਨ ਦਾ ਸਾਰਾ ਨਿਰਮਾਣ ਕੀਤਾ ਗਿਆ ਸੀ। ਇਹੀ ਉਹ ਗੁਫਾ ਹੈ ਜਿਸ ਵਿੱਚੋਂ ਉਹਨਾਂ ਵੱਡੇ ਵੱਡੇ ਪੱਥਰਾਂ ਨੂੰ ਖੋਦ ਕੇ ਕੱਢਿਆ ਗਿਆ ਸੀ ਤੇ ਉਹਨਾਂ ਨਾਲ ਯਰੂਸ਼ਲਮ ਦੇ ਉਸ ਵਿਸ਼ਾਲ ਭਵਨ ਦਾ ਸਾਰਾ ਨਿਰਮਾਣ ਕੀਤਾ ਗਿਆ ਸੀ। ਇਸ ਦੇ ਉੱਤੇ ਯਰੂਸ਼ਲਮ ਸ਼ਹਿਰ ਵਸਿਆ ਹੈ ਅਤੇ ਯਰੂਸ਼ਲਮ ਦੇ ਹੇਠਾਂ ਇਹ ਵਿਸ਼ਾਲ ਗੁਫਾ ਸਥਿਤ ਹੈ। ਮੈਂ ਜਦੋਂ ਇਸ ਦੇ ਅੰਦਰ ਜਾ ਕੇ ਵੇਖਿਆ ਤਾਂ ਮੈਂ ਬਹੁਤ ਹੈਰਾਨ ਹੋਇਆ ਕਿ ਇਹ ਕਿੰਨੀ ਵੱਡੀ ਜਗ੍ਹਾ ਹੈ। ਯਰੂਸ਼ਲਮ ਵਿੱਚ ਜਗ੍ਹਾ ਜਗ੍ਹਾ ਤੁਸੀਂ ਇਸ ਤਰ੍ਹਾਂ ਦੀਆਂ ਖਾਸ ਜਗ੍ਹਾਵਾਂ ਵੇਖ ਸਕਦੇ ਹੋ। ਸੋ ਆਓ ਅੱਜ ਦੇ ਲਈ ਪ੍ਰਭੂ ਦੇ ਵਚਨ ਦਾ ਅਧਿਐਨ ਕਰਾਂਗੇ। ਵਿਵਸਥਾ ਸਾਰ 33 ਅਧਿਆਏ ਤੇ ਉਸ ਦੀ 29 ਆਇਤ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਇੱਥੇ ਲਿਖਿਆ ਹੈ, ਹੇ ਯਹੋਵਾ ਦੀ ਬਚਾਈ ਹੋਈ ਪਰਜਾ, ਤੇਰੀ ਸਹਾਇਤਾ ਦੀ ਢਾਲ ਅਤੇ ਤੇਰੇ ਪ੍ਰਤਾਪ ਦੀ ਤੇਗ। ਵਚਨ ਇੱਥੇ ਕਹਿ ਰਿਹਾ ਹੈ ਕਿ ਪਰਮੇਸ਼ਰ ਤੇਰੇ ਲਈ ਇੱਕ ਢਾਲ ਬਣ ਕੇ ਤੇ ਇੱਕ ਤਲਵਾਰ ਬਣ ਕੇ ਤੇਰੇ ਨਾਲ ਰਹਿੰਦਾ ਹੈ। ਤਲਵਾਰ ਅਤੇ ਢਾਲ ਜੋ ਹੁੰਦੀ ਹੈ ਉਹ ਹਮੇਸ਼ਾ ਸੈਨਾ ਦੇ ਹੱਥ ਵਿੱਚ ਹੁੰਦੀ ਹੈ ਤੇ ਇਹ ਦੁਸ਼ਮਣ ਤੋਂ ਬਚਾਅ ਦੇ ਕੰਮ ਵਿੱਚ ਆਉਂਦੀ ਹੈ। ਉਹ ਆਪਣੇ ਸੱਜੇ ਹੱਥ 'ਚ ਤਲਵਾਰ ਰੱਖਦੇ ਹਨ ਅਤੇ ਖੱਬੇ ਹੱਥ ਵਿੱਚ ਢਾਲ ਰੱਖਦੇ ਹਨ। ਇਸ ਤਰ੍ਹਾਂ ਇੱਕ ਹੱਥ ਨਾਲ ਉਹ ਆਪਣਾ ਬਚਾਅ ਕਰਦੇ ਹਨ ਤੇ ਦੂਜੇ ਹੱਥ ਫੜੀ ਤਲਵਾਰ ਨਾਲ ਵੈਰੀ ਨਾਲ ਲੜਦੇ ਹਨ। ਇਸੇ ਤਰ੍ਹਾਂ ਪਰਮੇਸ਼ਰ ਆਪਣੇ ਲੋਕਾਂ ਦੇ ਲਈ ਤਲਵਾਰ ਅਤੇ ਢਾਲ ਬਣ ਕੇ ਨਾਲ ਰਹਿੰਦਾ ਹੈ। ਪਰ ਕੀ ਉਹ ਮਨੁੱਖਾਂ ਨਾਲ ਲੜਨ ਲਈ ਇਸ ਤਰ੍ਹਾਂ ਕਰਦਾ ਹੈ? ਜੀ ਨਹੀਂ, ਉਹ ਸਾਡੇ ਉਸ ਵੈਰੀ ਨਾਲ ਲੜਨ ਲਈ ਜੋ ਸਾਡਾ ਦੁਸ਼ਮਣ ਹੈ ਸ਼ੈਤਾਨ, ਜੋ ਸਾਡੇ ਪਰਿਵਾਰਾਂ ਦੇ ਖਿਲਾਫ ਕੰਮ ਕਰਦਾ ਹੈ ਤੇ ਸਾਡੇ ਸਮਾਜ ਵਿੱਚ, ਸਾਡੀ ਸੇਵਕਾਈ ਵਿੱਚ, ਸਾਡੇ ਕੰਮਕਾਰ ਵਿੱਚ ਹਰ ਤਰ੍ਹਾਂ ਦੇ ਦੁੱਖ ਤੇ ਪਰੇਸ਼ਾਨੀਆਂ ਲਿਆ ਕੇ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਡੇਗਣ ਦੀ ਕੋਸ਼ਿਸ਼ ਕਰਦਾ ਹੈ, ਲੇਕਿਨ ਪਰਮੇਸ਼ਰ ਉਹਨਾਂ ਸਭ ਮੁਸੀਬਤਾਂ ਤੋਂ ਸਾਨੂੰ ਬਚਾਉਣ ਲਈ ਸਾਡੇ ਵਾਸਤੇ ਇੱਕ ਢਾਲ ਅਤੇ ਇੱਕ ਤਲਵਾਰ ਬਣ ਜਾਂਦਾ ਹੈ ਤੇ ਸਾਡੀ ਰਾਖੀ ਕਰਦਾ ਹੈ। ਇਸ ਲਈ ਅਸੀਂ ਇਹ ਪ੍ਰਾਰਥਨਾ ਕਰਨੀ ਹੈ, ਹੇ ਸ਼ੈਤਾਨ, ਪਰਮੇਸ਼ਰ ਮੇਰੀ ਤਲਵਾਰ ਬਣ ਕੇ ਮੇਰੇ ਨਾਲ ਹੈ, ਇਸ ਲਈ ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦਾ। ਤੁਸੀਂ ਇਸ ਦੁਆ ਨਾਲ ਉਸਦਾ ਸਾਹਮਣਾ ਕਰਕੇ ਵੇਖੋ। ਅਸੀਂ ਵਿਸ਼ਵਾਸ ਨਾਲ ਆਪਣੇ ਇਸ ਹਥਿਆਰ ਦਾ ਇਸਤੇਮਾਲ ਕਰਨਾ ਹੈ ਤੇ ਕਹਿਣਾ ਹੈ, ਸ਼ੈਤਾਨ, ਪਰਮੇਸ਼ਰ ਮੇਰੇ ਨਾਲ ਹੈ, ਤੂੰ ਮੇਰਾ ਕੁਝ ਨਹੀਂ ਕਰ ਸਕਦਾ। ਵਿਸ਼ਵਾਸ ਦੀ ਇਸ ਤਲਵਾਰ ਨੂੰ ਲੈ ਕੇ ਸ਼ੈਤਾਨ ਦੇ ਨਾਲ ਲੜਨਾ ਹੈ ਤੇ ਕਹਿਣਾ ਹੈ, ਹੇ ਸ਼ੈਤਾਨ, ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦਾ, ਪਰਮੇਸ਼ਰ ਮੇਰੇ ਨਾਲ ਰਹਿੰਦਾ ਹੈ। ਵਿਸ਼ਵਾਸ ਨਾਲ ਕਹੋ, ਉਹ ਭੱਜ ਜਾਏਗਾ। ਤੁਹਾਡੇ ਘਰ ਦੇ ਸਾਰੇ ਹਾਲਾਤ ਬਦਲ ਜਾਣਗੇ ਤੇ ਤੁਸੀਂ ਪਰਮੇਸ਼ਰ ਦਾ
ਚਮਤਕਾਰ ਵੇਖੋਗੇ। ਸੋ ਆਓ ਅਸੀਂ ਆਪਣੇ ਹੱਥਾਂ ਨੂੰ ਉਠਾ ਕੇ ਪ੍ਰਾਰਥਨਾ ਕਰਾਂਗੇ, ਹੇ ਪਰਮੇਸ਼ਰ, ਤੂੰ ਮੇਰੀ ਤਲਵਾਰ ਬਣ ਕੇ ਮੇਰੇ ਨਾਲ ਹੈ ਤੇ ਇਸ ਲਈ ਸ਼ੈਤਾਨ ਮੇਰੇ ਵਿਰੁੱਧ ਕੁਝ ਵੀ ਨਹੀਂ ਕਰ ਸਕਦਾ। ਹੇ ਸ਼ੈਤਾਨ, ਮੈਂ ਪ੍ਰਭੂ ਯੇਸੂ ਮਸੀਹ ਦੇ ਨਾਂ ਵਿੱਚ ਤੇਰੀ ਸਾਰੀ ਸ਼ਕਤੀ ਤੇ ਤੇਰੇ ਉੱਤੇ ਜਿੱਤ ਪਾਉਂਦਾ ਹਾਂ, ਯੇਸੂ ਦੇ ਨਾਂ ਵਿੱਚ। ਆਮੀਨ, ਆਮੀਨ।